ਬਿਨ ਸ਼ਸਤਰੰਗ ਨਰ ਭੇਡ ਜਾਣੋ, ਗੁਰੂ ਸਾਹਿਬ ਕਹਿੰਦੇ ਸ਼ਸਤਰ ਤੋਂ ਬਗੈਰ ਭੇਡ ਵਰਗਾ ਮਨੁੱਖ ਹੈ। ਕਹਿੰਦੇ ਕੰਦੋਂ ਫੜ ਕੇ ਵੱਢ ਕੇ ਖਾ ਲੈਂਦੇ ਨੇ, ਸਾਧ ਕੀ ਤੇ ਫੌਜਾਂ ਕੀ। ਸੁਣਿਓ ਜ਼ਰਾ, ਸਾਧ ਕੀ ਤੇ ਸ਼ਸਤਰ ਕੀ। ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਸ਼ਸਤਰ ਧਾਰੀ ਹੋਣ ਲਈ ਕਿਹਾ, ਸ਼ਸਤਰ ਧਾਰੀ ਹੋਣ ਲਈ ਕਿਹਾ ਆਪਣੇ ਖਾਲਸੇ ਨੂੰ। ਇਹ ਨਹੀਂ ਵੀ ਕਿਸੇ ਨੂੰ ਮਾਰਨ ਲਈ, ਸਵੈ ਰੱਖਿਆ ਲਈ, ਸਵੈ ਰੱਖਿਆ ਲਈ ਸ਼ਸਤਰ ਰੱਖਿਆ। ਔਰ ਮੈਨੂੰ ਯਾਦ ਆ, ਅੱਜ ਤੋਂ 75-80 ਸਾਲ ਪਹਿਲਾਂ ਹਰ ਸਿੱਖ ਦੇ ਘਰ ਵਿੱਚ ਸ੍ਰੀ ਸਾਹਿਬ ਹੁੰਦੇ ਸੀ, ਬਰਛੇ ਹੁੰਦੇ ਸੀ, ਢਾਲਾਂ ਹੁੰਦੀਆਂ ਸੀ, ਮੈਂ ਕੰਧਾਂ 'ਤੇ ਲੱਗੀਆਂ ਦੇਖੀਆਂ। ਹੁਣ ਐਕਟਰਾਂ ਦੇ ਪੋਸਟਰ ਲੱਗੇ ਮਿਲਦੇ ਨੇ ਤੁਹਾਡੇ ਘਰਾਂ 'ਚ,